ਬਹੁਤ ਹੀ ਉੱਚੀ ਸੁੱਚੀ ਅਤੇ ਮਹਾਨ ਸ਼ਖਸੀਅਤ ਦੇ ਮਾਲਕ ਸਰਦਾਰ ਮੁਖਤਿਆਰ ਸਿੰਘ ਖਾਲਸਾ, ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਪਰਮਾਤਮਾ ਦੇ ਚਰਨਾਂ ਵਿੱਚ ਰਹਿ ਕੇ ਕਿਰਤ ਕਮਾਈ ਕਰਦਿਆਂ ਬਸਰ ਕੀਤੀ। ਆਪ ਜੀ ਬਹੁਤ ਹੀ ਉੱਚੀ ਅਤੇ ਅਧਿਆਤਮਿਕ ਸੋਚ ਦੇ ਮਾਲਕ ਸਨ। ਆਪ ਜੀ ਦਾ ਜਨਮ ਪਿੰਡ ਮਾਂਗੇਵਾਲ ਵਿੱਚ 1953 ਵਿੱਚ ਸਰਦਾਰ ਗੁਰਦਿਆਲ ਸਿੰਘ ਜੀ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਆਪ ਜੀ ਨੇ ਮੁੱਢਲੀ ਪੜ੍ਹਾਈ ਪਿੰਡ ਤੋਂ ਹੀ ਕੀਤੀ। ਜਦੋਂ ਆਪ ਆਪਣੇ ਕਾਰੋਬਾਰ ਵਿੱਚ ਪਏ ਤਾਂ ਆਪ ਜੀ ਨੇ ਦੋ ਵਿਦੇਸ਼ ਯਾਤਰਾਵਾਂ, ਜਿਨ੍ਹਾਂ ਵਿੱਚ ਮਾਸਕਟ ਅਤੇ ਡੁਬਈ ਦੀ ਯਾਤਰਾ ਸ਼ਾਮਲ ਹੈ, ਕੀਤੀਆਂ। ਇੱਥੇ ਆਪ ਜੀ ਨੇ ਆਪਣੇ ਕਾਰੋਬਾਰ ਦੇ ਨਾਲ ਨਾਲ ਗੁਰੂ ਘਰ ਦੀ ਸੇਵਾ ਵੀ ਕੀਤੀ ਅਤੇ ਅੰਮ੍ਰਿਤ ਛਕ ਕੇ ਸਿੰਘ ਸਜੇ। ਵਿਦੇਸ਼ ਤੋਂ ਵਾਪਸ ਆ ਕੇ ਸਮੁੱਚੇ ਪਿੰਡ ਨੂੰ ਧਾਰਮਿਕ ਪਾਸੇ ਲਾਉਣ ਵਿੱਚ ਅਹਿਮ ਭੂਮਿਕਾ ਅਦਾ ਕੀਤੀ। ਉਪਰੰਤ ਆਪ ਜੀ ਆਪਣੇ ਪਿੰਡ ਤੋਂ ਭਾਦਸੋਂ ਆ ਕੇ ਵਸੇ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਆਪ ਜੀ ਦੀ ਗਿਣਤੀ ਇਲਾਕੇ ਦੇ 94 ਬਿਜ਼ਨਸਮੈਨਾਂ ਵਿੱਚੋਂ ਹੁੰਦੀ ਹੈ। ਆਪਣੇ ਕਾਰੋਬਾਰ ਦੇ ਨਾਲ ਨਾਲ ਆਪ ਨੇ ਗੁਰਦੁਆਰਾ ਬੋਹੜ ਸਾਹਿਬ ਦੀ ਹੁਣ ਤੱਕ ਅਣਥੱਕ ਸੇਵਾ ਕੀਤੀ। ਆਪ ਜੀ ਨੇ ਗੁਰਦੁਆਰਾ ਸਾਹਿਬ ਦੀ ਉਸਾਰੀ ਵਿੱਚ ਵੀ ਵਡਮੁੱਲਾ ਯੋਗਦਾਨ ਪਾਇਆ। ਆਪ ਗੁਰਦੁਆਰਾ ਬੋਹੜ ਸਾਹਿਬ ਚਾਸਵਾਲ ਦੀ ਪ੍ਰਬੰਧਕ ਕਮੇਟੀ ਦੇ ਬਤੌਰ ਖਜ਼ਾਨਚੀ ਅਤੇ ਮੁੱਖ ਪ੍ਰਬੰਧਕ ਦਾ ਅਹੁਦਾ ਨਿਭਾ ਰਹੇ ਸਨ। ਇਸ ਤੋਂ ਇਲਾਵਾ ਸਮਾਜ ਸੇਵੀ ਖੇਤਰਾਂ ਵਿੱਚ ਵੀ ਆਪ ਜੀ ਮੋਹਰੀ ਹੋ ਕੇ ਕੰਮ ਕਰਦੇ ਸਨ। ਕੋਈ ਵੀ ਖੂਨਦਾਨ ਕੈਂਪ ਹੋਵੇ, ਅੱਖਾਂ ਦਾ ਕੈਂਪ ਹੋਵੇ ਜਾਂ ਸਰੀਰ ਦੇ ਅੰਗਦਾਨ ਦਾ ਕੈਂਪ ਹੋਵੇ, ਆਪ ਵੱਧ ਚੜ ਕੇ ਤਨੋ ਮਨੋ ਅਤੇ ਧਨੋ ਸੇਵਾ ਕਰਦੇ ਸਨ। ਆਪ ਜੀ ਇੰਨੇ ਦ੍ਰਿੜ ਨਿਸ਼ਚੇ ਵਾਲੇ ਸਨ ਕਿ ਜਦੋਂ ਆਪ ਜੀ ਦੇ ਭਤੀਜੇ ਦੀ ਉਮਰ 13 ਸਾਲ ਦੀ ਸੀ ਤਾਂ ਆਪ ਜੀ ਨੇ ਉਸਨੂੰ 7 ਬਾਣੀਆਂ ਦਾ ਪਾਠ ਕੰਠ ਕਰਵਾ ਦਿੱਤਾ ਸੀ। ਆਪ ਜੀ ਨੂੰ ਬਾਗਬਾਨੀ ਦਾ ਬਹੁਤ ਸ਼ੌਕ ਸੀ। ਗੁਰੂ ਘਰ ਜਾ ਕੇ ਫੁੱਲਾਂ ਦੀ ਦੇਖਭਾਲ ਕਰਨਾ, ਬਾਗਬਾਨੀ ਦੀ ਦੇਖਭਾਲ ਕਰਨਾ ਆਪ ਜੀ ਦਾ ਸ਼ੌਕ ਸੀ। ਜੇਕਰ ਆਪ ਜੀ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਆਪ ਦੇ ਪਰਿਵਾਰ ਇੱਕ ਹੱਸਦਾ ਖੇਡਦਾ ਪਰਿਵਾਰ ਹੈ ਅਤੇ ਆਧੁਨਿਕ ਸਮੇਂ ਵਿੱਚ ਇਕੱਠਾ ਰਹਿ ਰਿਹਾ ਹੈ। ਜਿੱਥੇ ਸਰਦਾਰ ਮੁਖਤਿਆਰ ਸਿੰਘ ਜੀ ਖਾਲਸਾ ਹੋਣਾ ਦੀ ਧਾਰਮਿਕ ਖੇਤਰਾਂ ਵਿੱਚ ਅਲੱਗ ਅਲੱਗ ਪਹਿਚਾਣ ਸੀ, ਉੱਥੇ ਹੀ ਰਾਜਨੀਤੀ ਖੇਤਰ ਵਿੱਚ ਵੀ ਆਪ ਦਾ ਅਹਿਮ ਰੁਤਬਾ ਸੀ। ਆਪ ਜੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਸਨ। ਸਰਦਾਰ ਮੁਖਤਿਆਰ ਸਿੰਘ ਖਾਲਸਾ ਹੋਣਾ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਸ ਵਿੱਚ ਉਹਨਾਂ ਦੀ ਪਤਨੀ ਸਰਦਾਰਨੀ ਕੁਲਦੀਪ ਕੌਰ, ਭਰਾ ਭੁਪਿੰਦਰ ਸਿੰਘ, ਸਪੁੱਤਰ ਰਜਿੰਦਰ ਸਿੰਘ ਗੋਲਡੀ ਅਤੇ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਅਨਾਜ ਮੰਡੀ ਭਾਲਸੋਂ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਗਈ ਅਤੇ ਸੰਗਤਾਂ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ, ਉਹਨਾਂ ਨੂੰ ਕੁਝ ਘੜੀਆਂ
ਉਪਰੰਤ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਲਿਆ ਗਿਆ। ਅੰਤ ਵਿੱਚ ਆਈਆਂ ਕੁਝ ਸ਼ਖਸੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ। 10-12 ਸਾਲ ਉਹਨਾਂ ਨੇ ਲਾਏ ਤੇ ਉੱਥੇ ਦੁਬਈ ਦੇ ਵਿੱਚ ਹੀ ਗੁਰੂ ਦੇ ਸਨਮੁਖ ਬੈਠ ਕੇ ਅੰਮ੍ਰਿਤ ਸਕਿਆ ਤੇ ਗੁਰੂ ਵਾਲੇ ਬਣੇ। ਉੱਥੇ ਵੀ ਹਮੇਸ਼ਾ ਗੁਰੂ ਨੂੰ ਸਨਮੁਖ ਹੋ ਕੇ ਸੱਚੀ ਤੇ ਸੁੱਚੀ ਕਿਰਤ ਕੀਤੀ। ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਜੀ ਖਾਲਸਾ 1988 ਤੋਂ ਬਾਅਦ ਜਿੱਥੇ ਗੁਰੂ ਘਰ ਦੇ ਗੁਰੂ ਤੇਗ ਬਹਾਦਰ ਪਾਤਸ਼ਾਹੀ 9ਵੀਂ ਗੁਰਦੁਆਰਾ ਬੋੜ ਸਾਹਿਬ ਵਿਖੇ ਆਪਣੀ ਨਿਸ਼ਕਾਮ ਸੇਵਾ ਕਰਦੇ ਹੋਏ, ਜੋ ਕਿ ਅੱਜ ਗੁਰੂ ਘਰ ਦੀਆਂ ਰਹਿਮਤਾਂ, ਗੁਰੂ ਘਰ ਦੇ ਜੋ ਵਿਸ਼ੇਸ਼ ਨਕਸ਼ੇ ਨੇ ਉਹ ਸਮੁੱਚੀ ਸੰਗਤ ਦੇ ਸਾਹਮਣੇ ਇੱਕ ਪ੍ਰਤੱਖ ਨੂੰ ਪ੍ਰਮਾਣ ਨੇ। ਜਿੰਨੀਆਂ ਵੀ ਉਹਨਾਂ ਨੇ ਉੱਥੇ ਕਾਰ ਸੇਵਾ ਦੇ ਤੌਰ 'ਤੇ ਸਮੁੱਚੀ ਸੰਗਤ ਨੂੰ ਲੈ ਕੇ, ਸਮੁੱਚੀ ਕਮੇਟੀ ਨੂੰ ਲੈ ਕੇ, ਇਲਾਕੇ ਦੀ ਕਮੇਟੀ ਨੂੰ ਲੈ ਕੇ ਜਿੱਥੇ ਇਮਾਰਤਾਂ ਦੀ ਉਸਾਰੀ ਕੀਤੀ, ਉੱਥੇ ਮੈਂ ਸਮਝਦਾ ਕਿ ਗੁਰੂ ਦੇ ਸਨਮੁੱਖ ਗੁਰਮੁਖ ਦੇ ਸਿਧਾਂਤਾਂ ਨੂੰ ਹਮੇਸ਼ਾ ਅੱਗੇ ਲੈ ਕੇ ਗੁਰਬਾਣੀ ਅਤੇ ਬਾਣੀ ਅਤੇ ਬਾਣੇ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ। ਜਿੱਥੇ ਉਹਨਾਂ ਨੇ ਆਪਣੇ ਪਰਿਵਾਰ ਦੇ ਲਈ, ਮੈਂ ਸਮਝਦਾ ਕਿ ਇਹ ਬਿਰਦੇ ਹੀ ਪਰਿਵਾਰਾਂ ਦੇ ਹਿੱਸੇ ਆਉਂਦਾ ਕਿ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਖਾਲਸਾ ਜੀ ਦਾ ਸਮੁੱਚਾ ਪਰਿਵਾਰ ਜਿੱਥੇ ਬਾਣੀ ਅਤੇ ਬਾਣੀ ਦਾ ਧਾਰਨੀ ਹੈ, ਉੱਥੇ ਸਮਝਦੇ ਹੈ ਕਿ ਰਿਸ਼ਤੇਦਾਰ ਜਿੰਨੇ ਵੀ ਉਹਨਾਂ ਨੂੰ ਇਸ ਪਰਿਵਾਰ ਦੇ ਵਿੱਚ ਆਪਣੇ ਆਪ ਗੁਰੂ ਦੇ ਸਨਮੁੱਖ ਬੈਠ ਕੇ ਗੁਰੂ ਦੇ ਸਿਧਾਂਤਾਂ ਦੇ ਨਾਲ ਰਿਸ਼ਤੇ ਬਣਾਏ, ਉਹ ਵੀ ਇੱਕ ਵੱਡੀ ਵਿਲੱਖਣਤਾ ਹੈ ਕਿ ਆਪਣੇ ਆਪ ਨੂੰ ਉਹ ਵੀ ਗੁਰਮਤਿ ਸਿਧਾਂਤਾਂ ਦੇ ਨਾਲ ਜੋੜ ਕੇ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਖਾਲਸਾ ਜੀ ਦੇ ਸਿਧਾਂਤਾਂ ਨੂੰ ਬੜਾ ਉਚੇਰਾ ਕੀਤਾ। ਰਾਜਨੀਤਿਕ ਖੇਤਰ ਦੇ ਵਿੱਚ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਖਾਲਸਾ ਜਿੱਥੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌੜਾ ਸਾਹਿਬ ਦੀ ਵਿਰਾਸਤ ਨੂੰ ਉਹਨਾਂ ਨੇ ਹਮੇਸ਼ਾ ਆਪਣੇ ਸਨਮੁੱਖ ਰੱਖ ਕੇ, ਰਾਜਨੀਤਿਕ ਖੇਤਰ ਦੇ ਵਿੱਚ ਜਿੱਥੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਬੋੜ ਪ੍ਰੋਫੈਸਰ ਕਿਰਪਾਲ ਸਿੰਘ ਜੀ ਵਡੂੰਗਰ ਸਾਹਿਬ, ਸਰਦਾਰ ਰਾਜਾ ਨਰਿੰਦਰ ਸਿੰਘ ਜੀ ਕੈਬਨਿਟ ਮੰਤਰੀ ਪੰਜਾਬ ਸਰਕਾਰ ਅਤੇ ਸਾਡੇ ਸਤਿਕਾਰਯੋਗ ਹਲਕਾ ਇੰਚਾਰਜ ਸਰਦਾਰ ਮੱਖਣ ਸਿੰਘ ਜੀ ਲਾਲਕਾ ਅਤੇ ਸਾਡੇ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਸਤਵਿੰਦਰ ਸਿੰਘ ਜੀ ਟੌੜਾ ਸਾਹਿਬ ਨਾਲ ਹਮੇਸ਼ਾ ਉਹਨਾਂ ਨੇ ਰਾਜਨੀਤਿਕ ਖੇਤਰ ਦੇ ਵਿੱਚ ਜਿੰਨੀਆਂ ਆਪਣੀ ਯੋਗਤਾ ਦੇ ਅਨੁਸਾਰ ਹਿੱਸਾ ਪਾਇਆ, ਉੱਥੇ ਹਮੇਸ਼ਾ ਉਹਨਾਂ ਨੇ ਗੁਰਮਤਿ ਦੇ ਸਿਧਾਂਤਾਂ ਨੂੰ ਹਮੇਸ਼ਾ ਪਹਿਲ ਦੇ ਆਧਾਰ 'ਤੇ ਅਪਣਾ ਕੇ ਗੁਰਸਿੱਖੀ ਵਾਲਾ ਜੀਵਨ ਜਿਹੜਾ ਲੋਕਾਂ ਨੂੰ, ਸਮੁੱਚੀ ਸੰਗਤ ਨੂੰ ਪ੍ਰੇਰਨਾ ਦੇ ਕੇ ਸਮਝਦੇ ਹਾਂ ਕਿ ਅਸੀਂ ਭਾਈ ਸਾਹਿਬ ਭਾਈ ਮੁਖਤਿਆਰ ਸਿੰਘ ਖਾਲਸਾ ਜੀ ਹਮੇਸ਼ਾ ਇਸ ਦੇ ਵਿੱਚ ਮੋਹਰੀ ਰਹੇ ਨੇ। ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਢਿੰਗੀ ਸਾਹਿਬ ਵਾਲੇ, ਜਿਹਨਾਂ ਮਹਾਂਪੁਰਖਾਂ ਨੇ ਲੰਮਾ ਸਮਾਂ ਕੀਰਤਨ ਦੁਆਰਾ ਜਿੱਥੇ ਤੁਹਾਨੂੰ ਨਿਹਾਲ ਕੀਤਾ, ਉੱਥੇ ਖਾਲਸੇ ਦੇ ਜੀਵਨ ਬਾਰੇ ਬਹੁਤ ਹੀ ਖੁੱਲ੍ਹ ਕੇ ਵਿਚਾਰਾਂ ਕੀਤੀਆਂ, ਕਿਉਂਕਿ ਮਹਾਂਪੁਰਖਾਂ ਦੇ ਨਾਲ ਬੜੇ ਲੰਮੇ ਸਮੇਂ ਤੋਂ ਲੈ ਕੇ ਉਹਨਾਂ ਦਾ ਬੜਾ ਹੀ ਨੇੜੇ ਦਾ ਸੁਨੇਹ, ਬੜਾ ਨੇੜੇ ਦਾ ਪਿਆਰ ਰਿਹਾ। ਹਰ ਪੂਰਨਮਾਸ਼ੀ ਦੀਵਾਨ ਸਜਦੇ ਰਹੇ। ਇੱਕ ਗੱਲ ਮਹਾਂਪੁਰਖਾਂ ਨੇ ਸਟੇਜ 'ਤੇ ਇਸ਼ਾਰੇ ਮਾਤਰ ਤੁਹਾਨੂੰ ਸਾਰਿਆਂ ਨੂੰ ਕਹੀ, ਮੈਂ ਨਗਰ ਨਿਵਾਸੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ। ਭਾਈ ਨਰਿੰਦਰ ਸਿੰਘ ਜੀ ਹੁਣੇ ਹੁਕਮਨਾਮਾ ਲੈ ਕੇ ਗਏ ਨੇ, ਜੋ ਜਥੇਦਾਰ ਜੀ ਦੇ ਸੁਪਨੇ ਅਧੂਰੇ ਰਹਿ ਗਏ, ਜੋ ਉਹਨਾਂ ਨੇ ਸੇਵਾ ਗੁਰੂ ਘਰ ਦੀ ਚਲਾਈ, ਉਹ ਸੇਵਾ ਨੂੰ ਬਰਕਰਾਰ ਰੱਖਣਾ
ਹਰ ਮਹੀਨੇ ਦੀਵਾਨ ਬਣਾਉਣਾ ਔਰ ਉਸੇ ਤਰ੍ਹਾਂ ਗੁਰੂ ਘਰ ਦੀ ਨਿਰਿਛਤ ਹੋ ਕੇ ਨਿਰੰਤਰ ਸੇਵਾ ਨੂੰ ਜਾਰੀ ਰੱਖਣਾ। ਹਰ ਇਨਸਾਨ ਕੋਸ਼ਿਸ਼ ਕਰਦਾ ਕਿ ਮੇਰਾ ਪਰਿਵਾਰ ਤਰੱਕੀ ਵੱਲ ਵਧੇ, ਕਾਰੋਬਾਰ ਦੇ ਵਿੱਚ ਵਾਧਾ ਹੋਵੇ। ਜ਼ਿਆਦਾ ਸਮਾਂ ਇਨਸਾਨ ਆਪਣੇ ਪਰਿਵਾਰ 'ਤੇ ਲਾਉਂਦਾ, ਪਰ ਕੁਝ ਇਨਸਾਨ ਹੁੰਦੇ ਨੇ ਜਿਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਦਾ, ਉਸ ਤੋਂ ਇਲਾਵਾ ਆਪਣੀ ਕੌਮ ਦੀ ਸੇਵਾ ਕਰਨਾ ਹਰ ਇੱਕ ਦੇ ਮੈਂ ਸਮਝਦਾ ਹਿੱਸੇ ਨਹੀਂ ਆਉਂਦਾ। ਸਾਨੂੰ ਪਿਆਰ ਸਿੰਘ ਜੀ ਦੇ ਇਹ ਸਾਰੀਆਂ ਗੱਲਾਂ ਹਿੱਸੇ ਆਈਆਂ, ਆਪਣੇ ਪਰਿਵਾਰ ਨੂੰ ਚੰਗੀ ਤਾਲੀਮ ਦੇ ਕੇ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਅੱਗੇ ਵਧਾਇਆ, ਆਪਣੇ ਬੱਚਿਆਂ ਨੂੰ ਸੈੱਟ ਕੀਤਾ। ਉਸ ਦੇ ਨਾਲ ਹੀ ਜਿਹੜੇ ਇਤਿਹਾਸ ਵਾਲਾ ਗੁਰਦੁਆਰਾ ਸਾਹਿਬ ਬਾਬਾ ਬੋਢੀ, ਉਸ ਦੀ ਤਕਰੀਬਨ 23-24 ਸਾਲ ਤੋਂ ਜੋ ਸੇਵਾ ਕਰਦੇ ਆ ਰਹੇ ਨੇ, ਇਹ ਵੀ ਇੱਕ ਬਹੁਤ ਹੀ ਮੈਂ ਸਮਝਦਾ ਵੱਡੀ ਉਹਨਾਂ ਦੀ ਪ੍ਰਾਪਤੀ ਸੀ। ਸਾਨੂੰ ਸਾਹਿਬ ਸਿੰਘ ਜੀ ਇੱਕ ਵਧੀਆ ਗੁਰੂ ਇਨਸਾਨ ਸਨ, ਵਧੀਆ ਜ਼ਿੰਦਗੀ ਬਤੀਤ ਕੀਤੀ ਆ ਸਮਾਜ ਦੇ ਲੋਕ। ਕਿਸੇ ਗੁਰੂ ਘਰ ਦੀ ਸੇਵਾ ਕੀਤੀ ਹੈ, ਉੱਥੇ ਪਰਿਵਾਰ ਫਰ ਫਰ ਖੁੱਬੀ ਨਿਭਾਏ ਨੇ। ਉਹਨਾਂ ਦੇ ਦੋਵੇਂ ਸਪੁੱਤਰ ਬੜੇ ਲਾਇਕ ਨੇ, ਹਰਜਿੰਦਰ ਸਿੰਘ ਗੋਲਡੀ ਅਤੇ ਸਾਹ ਹਰਜਿੰਦਰ ਸਿੰਘ, ਬੇਟੀ ਹਰਪ੍ਰੀਤ। ਇਹਨਾਂ ਨੇ ਪਿਤਾ ਤੋਂ ਜੋ ਗੁਰਮੁਖ ਦੇ ਸੰਸਕਾਰ ਲਏ ਨੇ, ਉਹ ਬੱਚੇ ਕਿਤੇ ਮਾਂ ਬਾਪ ਦੇ ਆਗਿਆਕਾਰੀ ਨੇ, ਕਾਰੋਬਾਰ ਸੈਟਲ ਨੇ, ਉੱਥੇ ਬੱਚੇ ਗੁਰੂ ਘਰ ਦੇ ਅੰਨੜੀ ਸੇਵਕ ਨੇ। ਬੜਾ ਗੁਰਮੁਖ ਪਰਿਵਾਰ ਸੰਤ ਬਾਬਾ ਰਣਜੀਤ ਸਿੰਘ ਜੀ ਢੀਂਗੀ ਸਾਹਿਬ ਵਾਲਿਆਂ ਨੇ ਦਸਤਾਰ ਭੇਟਾ ਜੋ ਗੋਲਡੀ ਜੀ ਨੂੰ, ਰਜਿੰਦਰ ਸਿੰਘ ਜੀ ਨੂੰ, ਗੁਰੂ ਘਰ ਦੀ ਸੇਵਾ ਵੀ ਜੋ ਪਹਿਲਾਂ ਹੀ ਅਸੀਂ ਦੱਸ ਚੁੱਕੇ ਹਾਂ, ਸਮੁੱਚੇ ਪ੍ਰਬੰਧਕਾਂ ਵੱਲੋਂ ਸਰਦਾਰ ਰਜਿੰਦਰ ਸਿੰਘ ਗੋਲਡੀ ਜੀ ਨੂੰ ਖਾਲਸਾ ਜੀ ਦੇ ਜੋ ਜਗ੍ਹਾ 'ਤੇ ਅੱਜ ਹੀ ਨਿਯੁਕਤ ਕੀਤਾ, ਆਸ ਰੱਖਾਂਗੇ ਗੁਰੂ ਦੇ ਸਨਮੁੱਖ ਇਹ ਉਹਨਾਂ ਦੇ ਅਧੂਰੇ ਕਾਰਜ ਪੂਰੇ ਕਰਨਗੇ। ਬਾਕੀ ਸਿਧਾਂਤਾਂ ਦੀ ਗੱਲ ਸਾਰੀ ਬਾਅਦ ਦੇ ਵਿੱਚ, ਕਿਉਂਕਿ ਮੈਂ ਸਮਝਦਾ ਕਿ ਸਰਦਾਰ ਮੁਖਤਿਆਰ ਸਿੰਘ ਜੀ ਪਹਿਲੇ ਇੰਡੀਅਨ ਸਨ, ਔਰ ਉਸ ਤੋਂ ਬਾਅਦ ਪਰਿਵਾਰ ਦੀ ਹਰ ਇੱਕ ਇਨਸਾਨ ਕਰਦਾ ਹੈ, ਹਰ ਇੱਕ ਦਾ ਹੱਕ ਹੈ, ਪਰ ਜੱਗ ਦੇ ਉੱਤੇ ਆਏ ਉਸ ਇਨਸਾਨ ਦਾ ਸਫਲ ਹੁੰਦਾ ਜਿਹੜਾ ਕੋਈ ਇਨਸਾਨ ਆਪਣੇ ਪਰਿਵਾਰ ਤੋਂ ਇਲਾਵਾ ਸਮਾਜ ਦੇ ਬਜ਼ੁਰਗਾਂ ਦੀ ਭਾਵਨਾ ਕਰ ਲਏ, ਜਿਸ ਤਰ੍ਹਾਂ ਜਥੇਦਾਰ ਮੁਖਤਿਆਰ ਜੀ ਨੇ ਆਪਣੇ ਪਰਿਵਾਰ ਦੇ ਉੱਤੇ ਉੱਠ ਕੇ ਸਮਾਜ ਦੇ ਲਈ ਸੇਵਾ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਉਹਨਾਂ ਨੇ ਪਾਇਆ ਹੈ। ਜਿਹਨੂੰ ਅਸੀਂ ਇਨਸਾਨ ਜਿਹੜਾ ਉਹ ਇੱਥੇ ਆ ਕੇ ਡੋਲ ਜਾਂਦਾ, ਪਰ ਜਿਹੜੀ ਸੰਗਤ ਹੈ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਵੱਡੀ ਬਖਸ਼ਿਸ਼ ਕੀਤੀ ਹੈ, ਸ਼ਕਤੀ ਦਿੱਤੀ ਹੈ। ਫਿਰ ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸਾਰੀ ਸੰਗਤ ਇਕੱਠੀ ਹੁੰਦੀ ਹੈ, ਤਾਂ ਫਿਰ ਉਹਨਾਂ ਸ਼ਕਤੀ ਮਿਲਦੀ ਹੈ, ਪਰਿਵਾਰ ਨੂੰ, ਪਰਿਵਾਰ ਨੂੰ ਸਹਿਣ ਦੀ ਸ਼ਕਤੀ ਮਿਲਦੀ ਹੈ। ਸੋ ਮੈਂ ਸਮਝਦਾ ਕਿ ਜਿੰਨੇ ਵੀ ਤੁਸੀਂ ਇੱਥੇ ਆਏ ਹੋ, ਜਿੰਨੇ ਬੁਲਾਰਿਆਂ ਨੇ ਬੋਲਿਆ ਉਹਨਾਂ ਨੇ ਸ਼ਰਧਾਂਜਲੀ ਬੋਲ ਕੇ ਭੇਂਟ ਕੀਤੀ ਹੈ, ਪਰ ਜਿੰਨੇ ਤੁਸੀਂ ਇੱਥੇ ਭੈਣ ਭਰਾ, ਰਿਸ਼ਤੇਦਾਰ, ਸਾਰੇ ਸਾਕ ਸੰਬੰਧੀ ਹੋਰ ਸਾਰੇ ਇਲਾਕੇ ਦੇ ਲੋਕ, ਸਾਰੀਆਂ ਪਾਰਟੀਆਂ ਦੇ ਲੋਕ, ਇਹ ਆਪਾਂ ਅਰਦਾਸ ਵਿੱਚ ਸ਼ਾਮਿਲ ਹੋਤੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਨ ਵਾਸਤੇ ਇਕੱਠੇ ਹੋਏ ਹਾਂ, ਜਿਨ੍ਹਾਂ ਨੇ ਬੋਲ ਕੇ ਅਰਦਾਸ ਕੀਤੀ ਹੈ, ਬੋਲ ਕੇ ਸ਼ਰਧਾਂਜਲੀ ਭੇਂਟ ਕੀਤੀ ਹੈ, ਜਿਹਨਾਂ ਨੇ ਨਹੀਂ ਬੋਲ ਕੇ, ਤਾਂ ਸਾਰਿਆਂ ਦੇ ਵੱਲੋਂ ਹੀ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਆਪਾਂ ਇਕੱਠਿਆਂ ਨੇ ਕੀਤੀ ਹੈ। ਪਾਤਸ਼ਾਹ ਬਖਸ਼ਿਸ਼ ਕਰਨ ਕਿ ਇਸ ਅਰਦਾਸ ਨੂੰ ਕਬੂਲ ਕਰਨ, ਇਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ, ਅਤੇ ਪਰਿਵਾਰ ਨੂੰ ਔਰ ਸਾਨੂੰ ਸਾਰਿਆਂ ਨੂੰ ਇਹ ਸ਼ਕਤੀ ਦੇਣ ਕਿ ਇਸ ਸ਼ਬਦ ਨੂੰ ਸਹਿ ਸਕੀਏ। ਸੋ ਸਾਰਿਆਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ, ਔਰ ਖਾਸ ਕਰਕੇ ਧੰਨਵਾਦ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਪੰਡਾਲ ਜਾ ਕੇ ਇਹ ਸ਼ਕਤੀ ਪ੍ਰਦਾਨ ਕੀਤੀ ਹੈ ਅਤੇ ਸਿੰਗਤ ਦੀ ਅਰਦਾਸ ਨੂੰ ਕਬੂਲ ਕੀਤਾ।